ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਣ ਨਹੀਂ ਦੇਣੀ। ਅਸੀਂ ਰੱਖੜੀ ਵਾਲੇ ਦਿਨ ਖੁੱਲ੍ਹਾ ਹੈਗਾ ਸੋਮਵਾਰ ਨੂੰ, ਔਰ ਅਸੀਂ ਪਿਛਲੇ 15-20 ਦਿਨ ਤੋਂ ਪੂਰਾ ਮੀਡੀਆ ਰਾਹੀਂ ਆਪਣੇ ਪੋਸਟਰ ਰਾਹੀਂ ਬੈਨਰ ਰਾਹੀਂ ਸਾਰੇ ਕਸਟਮਰ ਨੂੰ ਅਵਗਤ ਕਰਾ ਰਹੇ ਹਾਂ ਕਿ ਭਾਈ ਸਾਹਿਬ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹ ਸ਼ਨੀਵਾਰ ਨੂੰ ਜਾਂ ਸੋਮਵਾਰ ਨੂੰ ਆਪਣਾ ਤੇਲ ਭਰਾ ਸਕਦੇ ਨੇ। ਔਰ ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ, ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ। ਉਹਨਾਂ ਦੀ ਤਰਫੋਂ ਕਾਲ ਆਈ ਹੈ ਕਿ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਹੈ, ਅਸੀਂ ਵੀ ਹੱਕਦਾਰ। ਜੇਕਰ ਹਰ ਮਹਿਕਮੇ ਦਾ ਹਰ ਬਿਜ਼ਨਸ ਅਦਾਰੇ ਦਾ ਇੱਕ ਛੁੱਟੀ ਮਿਲਦੀ ਹੈ ਸਾਰਿਆਂ ਨੂੰ, ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ। ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ, ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ, ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ। ਸਰ, ਛੁੱਟੀ ਦੇ ਮੋਟਿਵ ਦੇ ਨਾਲ ਸੰਡੇ ਬੰਦ ਕੀਤਾ ਜਾ ਰਿਹਾ, ਹੋਰ ਕੋਈ ਮੰਗਾਂ ਵੀ ਹੈਗੀਆਂ ਨੇ, ਵਿਰੋਧ ਦੇ ਲਈ ਕੀਤਾ ਜਾ ਰਿਹਾ? ਦੇਖੋ ਜੀ, ਵਿਰੋਧ ਕੀ ਹੈ, ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰਦੇ ਪਏ। ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ, ਇਹ ਤੁਹਾਨੂੰ ਪਤਾ ਹੀ ਹੈਗਾ, ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ, ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਨੂੰ ਧਿਆਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੱਕਣਾ ਪੈ ਰਿਹਾ। ਕਿੰਨੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜੇ ਇਹ ਟਾਈਮਿੰਗ ਜਿਹੜੀ ਹੈਗੀ ਹੈ, ਐਤਵਾਰ ਸਵੇਰੇ 6 ਵਜੇ ਤੋਂ ਲੈ ਕਰ ਸੋਮਵਾਰ ਸਵੇਰੇ 6 ਵਜੇ ਤੱਕ 24 ਘੰਟੇ ਦਾ ਬੰਦ ਹੈਗਾ। ਕਿੰਨੇ ਪੈਟਰੋਲ ਪੰਪ ਪੂਰੇ ਲੁਧਿਆਣੇ? ਪੂਰੇ ਲੁਧਿਆਣੇ 'ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ, IOC, BPC, HPC। ਇਹਦੇ ਇਲਾਵਾ ਸਾਡੇ ਨਾਲ ਰਿਲਾਇੰਸ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ। ਦੋ ਮੇਨ ਸੇਵਾਵਾਂ ਨੇ ਜਿਹੜੀਆਂ, ਇੱਕ ਤਾਂ ਐਂਬੂਲੈਂਸ ਔਰ ਫਾਇਰ ਬ੍ਰਿਗੇਡ, ਇਹਨਾਂ ਨੂੰ ਪੂਰੀ ਛੂਟ ਹੈਗੀ ਹੈ, ਔਰ ਅਗਰ ਕੋਈ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਹੈ ਤਾਂ ਉਹਦੇ ਵਾਸਤੇ ਵੀ ਅਸੀਂ ਪੂਰਾ ਸਹਿਯੋਗ ਦੇਵਾਂਗੇ। ਸਰ, ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋ ਸਕੀ ਹੈ? ਪ੍ਰਸ਼ਾਸਨ ਨੂੰ ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੱਤੀ ਹੈ ਇਸ ਸੰਬੰਧੀ? ਅਸੀਂ ਸਾਰਿਆਂ ਨੂੰ ਆਪਣੇ OMCs ਆਇਲ ਮਾਰਕੀਟਿੰਗ ਕੰਪਨੀਜ਼ ਨੂੰ 7 ਤਰੀਕ ਨੂੰ ਅਸੀਂ ਲੈਟਰ ਲਿਖ ਚੁੱਕੇ ਹਾਂ, ਐਡਮਿਨਿਸਟ੍ਰੇਸ਼ਨ ਨੂੰ ਅਸੀਂ ਲੈਟਰ ਲਿਖ ਚੁੱਕੇ ਹਾਂ 7 ਤਰੀਕ ਨੂੰ ਮੇਲ ਦੇ ਰਾਹੀਂ ਔਰ ਤੁਹਾਡੇ ਰਾਹੀਂ, ਔਰ ਪਰਸਨਲੀ ਵੀ ਅਸੀਂ ਜਾ ਕੇ ਦੱਸ ਚੁੱਕੇ ਹਾਂ। ਸਾਡੀ ਮੀਟਿੰਗਾਂ ਵੀ ਇਹਦੇ ਸਿਲਸਿਲੇ ਤੋਂ ਲਗਾਤਾਰ ਚੱਲ ਰਹੀਆਂ ਨੇ, ਔਰ ਉਹਨਾਂ ਨੂੰ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਕਿ 18 ਤਰੀਕ ਤੋਂ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 19 ਤਰੀਕ ਸਵੇਰੇ 6 ਵਜੇ ਤੱਕ ਅਸੀਂ ਬੰਦ ਰੱਖਾਂਗੇ, ਔਰ ਇਹ ਸਿਲਸਿਲਾ ਹਰ ਸੰਡੇ ਦਾ ਰਹੇਗਾ। ਪਹਿਲਾਂ ਤਾਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਈਏ, ਅਸੀਂ ਬੰਦ ਨਹੀਂ ਕਰਦੇ, ਨਾ ਇਹ ਬੰਦ ਦੀ ਸਾਡੀ ਕਾਲ ਹੁੰਦੀ ਹੈ, ਨਾ ਅਸੀਂ ਸਟ੍ਰਾਈਕ ਜਾਂਦੇ ਹਾਂ। ਇਹ ਸਾਡੀ ਮਜਬੂਰੀ ਹੈ, ਪਿਛਲੇ 8 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ, ਅਤੇ ਸਾਰੇ ਡੀਲਰਾਂ ਦੀ, ਮੈਂ ਜੇ ਬੋਲ ਰਿਹਾ ਆਪਣੇ ਡੀਲਰਾਂ ਦੇ ਬਿਹਾਫ 'ਤੇ ਬੋਲ ਰਿਹਾ, ਇਹਦੇ ਵਿੱਚ ਮੇਰਾ ਕੁਛ ਵੀ ਨਹੀਂ ਹੈ। ਡੀਲਰ ਚਾਹੁੰਦੇ ਹੈ ਵੀ ਹੁਣ ਸਾਡੇ ਖਰਚੇ ਜਿਹੜੇ ਹੈ ਸਾਡੇ ਪੂਰੇ ਨਹੀਂ ਹੋ ਰਹੇ, ਅਤੇ ਅਸੀਂ ਕੋਸਟ ਕਟਿੰਗ ਲਈ ਇੱਕ ਦਿਨ ਲਈ ਇਹ ਹੈ ਜਿਹੜਾ ਛੁੱਟੀ ਲਿਆ ਕਰਾਂਗੇ, ਇਹ ਸਾਡਾ ਡਿਸੀਜਨ ਸਾਡੇ ਭਾਈਚਾਰੇ ਨੇ ਲਿਆ ਹੈ। ਰਹਿ ਗਈ ਗੱਲ ਰੱਖੜੀ ਦੀ, ਰੱਖੜੀ ਸੋਮਵਾਰ ਹੈ, ਉਹ ਸਾਰਾ ਦਿਨ ਖੁੱਲ੍ਹਾ ਹੈ, ਸੈਚਰਡੇ ਵੀ ਹੈ, ਇਹ ਲੇਟ ਨਾਈਟ ਤੱਕ ਖੁੱਲ੍ਹਾ ਹੈ। ਕਿਸੇ ਬੰਦੇ ਨੇ ਲੈਣਾ ਹੋਵੇ, ਸਭ ਨੂੰ ਪਤਾ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ ਇੱਕ ਘੰਟੇ ਬਾਅਦ ਦੁਬਾਰਾ ਫਿਲਿੰਗ ਕਰਾਉਣੀ ਪੈਂਦੀ ਹੈਗੀ ਹੈ, ਅਤੇ ਅਸੀਂ ਤੁਹਾਡੇ ਰਾਹੀਂ ਪਲੱਸ ਅਸੀਂ ਜਿਹੜਾ ਆਪਣੇ ਪੰਪਾਂ ਦੇ ਬੈਨਰ ਲਾਏ ਹੈ, ਅਸੀਂ ਉਹਨਾਂ ਕਸਟਮਰ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਜਿਹੜਾ ਚੀਜ਼ ਤੁਹਾਨੂੰ ਚਾਹੀਦੀ ਹੈ ਕਾਇੰਡਲੀ ਉਹ ਸੈਚਰਡੇ ਲੈ ਲਓ ਸਾਡੇ ਤੋਂ।